ਲੋ ਜੀ ਅੱਜ ਫੇਰ ਵੀਡੀਓ ਲੈ ਕੇ ਆਏ ਜ਼ਬਰਦਸਤ ਤੁਹਾਡੇ ਲਈ ਯਾਮਾ RX 100 ਇਹਦੀ ਮੈਂ ਪਹਿਲਾਂ ਵੀਡੀਓ ਪਾਈ ਸੀ ਸੇਲ ਵਾਲੀ ਸੋ ਅੱਜ ਦਾ ਤੁਸੀਂ ਟੋਪਿਕ ਦੇਖ ਹੀ ਲਿਆ ਹੋਣਾ ਕਾਫੀ ਵੀਰਾਂ ਨੇ ਕਿ ਯਾਰ ਘੱਟ ਬਜਟ ਦੇ ਵਿੱਚ ਜੇ ਯਾਮਾ ਤਿਆਰ ਕਰਨਾ ਇੱਦਾਂ ਦਾ ਕਿੱਦਾਂ ਕਰ ਸਕਦੇ ਆਪਾਂ ਸੋ ਗਾਈਸ ਮੈਂ ਤੁਹਾਨੂੰ ਆਈਡੀਆ ਦੱਸ ਸਕਦਾ ਕਿੱਦਾਂ ਤਿਆਰ ਕਰ ਸਕਦੇ ਸੋ ਅੱਜ ਦੀ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਸੇਮ ਲੁੱਕ ਦੇਣੀ ਆ ਘੱਟ ਬਜਟ ਦੇ ਵਿੱਚ ਕਿੱਦਾਂ ਦੇ ਸਕਦੇ ਹੋ ਕਾਫੀ ਵੀਰਾਂ ਦੇ ਯਾਰ ਹੁੰਦੇ ਮੈਸੇਜ ਮੈਨੂੰ ਕਮੈਂਟ ਆਉਂਦੇ ਆ ਕਿ ਯਾਰ ਸਾਡਾ ਬਜਟ ਇੰਨਾ ਨਹੀਂ ਹੈਗਾ ਤੋ ਆਪਾਂ 40-45 ਹਜ਼ਾਰ ਦਾ ਖਰਚੇ ਦੇ ਵਿੱਚ ਇੱਦਾਂ ਦਾ ਮੋਡੀਫਾਈਡ ਨਹੀਂ ਕਰਾ ਸਕਦੇ ਸੋ ਅੱਜ ਉਹਨਾਂ ਵੀਰਾਂ ਲਈ ਵੀਡੀਓ ਬਣਾ ਰਿਹਾ ਮੈਂ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੈਲਕਮ ਬੈਕ ਯੂਅਰ ਗਿੱਲ ਬ੍ਰੈਂਡ ਸਾਰੇ ਵੀਰਾਂ ਦੇ ਲਈ ਅੱਜ ਦੀ ਵੀਡੀਓ ਜ਼ਬਰਦਸਤ ਹੋਣ ਵਾਲੀ ਆ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਅੱਜ ਆਪਾਂ ਘੱਟ ਬਜਟ ਦੇ ਵਿੱਚ ਕਿੱਦਾਂ ਯਾਮਾ ਇੱਦਾਂ ਦਾ ਤਿਆਰ ਕਰ ਸਕਦੇ ਹਾਂ ਸੋ ਅੱਜ ਉਹਦੀ ਗੱਲ ਕਰਾਂਗੇ ਘੱਟ ਮਤਲਬ ਤੁਹਾਨੂੰ ਮੈਂ ਜਿੰਨਾ ਘੱਟ ਤੋਂ ਘੱਟ ਹੋ ਸਕਾਂ ਸੋ ਉਨੇ ਘੱਟ ਤੋਂ ਘੱਟ ਬਜਟ ਦੇ ਵਿੱਚ ਇਸ ਯਾਮੇ 'ਤੇ ਪੂਰਾ ਰਿਵਿਊ ਕਰ ਦੂੰਗਾ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਨਵੇਂ ਆਏ ਆ ਪਹਿਲਾਂ ਇੱਕ ਨੂੰ ਪ੍ਰੈਸ ਕਰ ਲਿਓ ਨੋਟੀਫਿਕੇਸ਼ਨ ਆਉਣੀ ਬਹੁਤ ਜ਼ਰੂਰੀ ਆ ਸਾਰੇ ਵੀਰਾਂ ਨੂੰ ਨੋਟੀਫਿਕੇਸ਼ਨ ਆਊਗੀ ਤਾਂ ਤੁਸੀਂ ਵੀਡੀਓ ਦੇਖੋਗੇ ਸਾਰੇ ਵੀਰ ਸੋ ਅੱਜ ਦਾ ਟੌਪਿਕ ਬੜਾ ਜ਼ਬਰਦਸਤ ਆ ਯਾਮੇ ਦੇ ਲੈ ਕੇ RX 100 ਨੂੰ ਲੈ ਕੇ ਖਾਸ ਕਰਕੇ ਕਾਫੀ ਵੀਰਾਂ ਦੇ ਸੁਪਨੇ ਆ ਉਹ ਸੁਪਨੇ ਪੂਰੇ ਕਰਦੇ ਰਵਾਂਗੇ ਸੋ ਜਿਨ੍ਹਾਂ ਨੂੰ ਤਿਆਰ ਕਰਾਉਣਾ ਵਾ ਇੱਦਾਂ ਦੀ ਲੁੱਕ ਦੇ ਵਿੱਚ ਸੋ ਵੀਡੀਓ ਸ਼ੁਰੂ ਕਰਾਂਗੇ ਇੰਸਟਾਗ੍ਰਾਮ ਦੇ ਚੈਨਲ ਨੂੰ ਫੋਲੋ ਕਰ ਲਓ ਸਾਰੇ ਵੀਰ ਹਰ ਵਾਰੀ ਕਹਿੰਦਾ ਤੁਹਾਡਾ ਵੀਰ ਭਰਾ ਦੀ ਵੀ ਗੱਲ ਮੰਨ ਲਿਆ ਕਰੋ ਸੋ ਗਾਈਸ ਵੀਡੀਓ ਸ਼ੁਰੂ ਕਰਾਂਗੇ 100 ਦੀ ਸੋ ਵੀਡੀਓ ਧਿਆਨ ਨਾਲ ਸੁਣਿਓ ਅਤੇ ਧਿਆਨ ਨਾਲ ਦੇਖਿਓ ਜਿਹੜੇ ਵੀਰਾਂ ਦਾ ਕੋਈ ਡਾਊਟ ਆ ਕੋਈ ਕਨਫਿਊਜ਼ਨ ਆ ਉਹ ਵੀਡੀਓ 'ਚ ਆਪਾਂ ਸਾਰੇ ਡਾਊਟ ਕਨਫਿਊਜ਼ਨ ਕਲੀਅਰ ਕਰ ਦਿੰਦੇ ਹਾਂ ਅੱਜ ਦੀ ਵੀਡੀਓ 'ਚ ਸੋ ਘੱਟ ਬਜਟ ਦੇ ਵਿੱਚ ਤੁਸੀਂ ਜੇ ਯਾਮਾ ਤਿਆਰ ਕਰਨਾ ਕਿੱਦਾਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਗਾਈਸ ਦੇਖੋ ਜੇ ਤੁਸੀਂ ਘੱਟ ਬਜਟ 'ਚ ਯਾਮਾ ਤਿਆਰ ਕਰਨਾ ਸਭ ਤੋਂ ਪਹਿਲਾਂ ਇਹਦੇ ਅਲੋਏ ਵੀਲ ਕਲਰ ਅਤੇ ਕਰੋਮ ਇਹਨਾਂ ਵਿੱਚ ਤੁਸੀਂ ਖਾਸ ਧਿਆਨ ਰੱਖਣਾ ਸੋ ਦੇਖੋ ਸੇਮ ਅਲੋਏ ਵੀਲ ਤੁਸੀਂ ਜੇ ਲੈਣੇ ਆ ਨਵੇਂ ਤੁਹਾਨੂੰ 6500 ਰੁਪਏ ਦੇ ਮਿਲੂਗੇ ਵਿਦ ਟਾਇਰ ਪਾ ਕੇ 10,000 ਦੇ ਸੋ ਗਾਈਸ ਤੁਸੀਂ ਇਹ ਸੈਕਿੰਡ ਹੈਂਡ ਵੀ ਮਿਲ ਸਕਦੇ ਤੁਹਾਨੂੰ ਸੈਕਿੰਡ ਹੈਂਡ ਤੁਹਾਨੂੰ 2500 ਰੁਪਏ ਦੇ ਅਲੋਏ ਵੀਲ ਮਿਲ ਜਾਣੇ ਆ ਸੈਕਿੰਡ ਹੈਂਡ ਤੁਸੀਂ ਪਵਾ ਸਕਦੇ ਅਲੋਏ ਵੀਲ ਸੋ ਸੈਕਿੰਡ ਹੈਂਡ 2500 ਰੁਪਏ ਦੇ ਅਲੋਏ ਵੀਲ ਆ ਅਤੇ ਮਤਲਬ ਟਾਇਰ ਤੁਹਾਨੂੰ ਸੈਕਿੰਡ ਹੈਂਡ 2000-1500 ਰੁਪਏ ਦੇ ਸੈਕਿੰਡ ਹੈਂਡ ਟਾਇਰ ਆ ਸੋ 4-5 ਹਜ਼ਾਰ ਦੇ ਵਿੱਚ ਅਲੋਏ ਵੀਲ ਮਿਲ ਜੂਗੇ ਆਹ ਵਾਲੇ ਅਤੇ ਉਸ ਤੋਂ ਬਾਅਦ ਗਾਈਸ ਗੱਲ ਕਰਾਂਗੇ ਇਹਦੇ ਕਲਰ ਦੀ ਸੋ ਕਲਰ ਨਾਲ ਆਪਾਂ ਕੋਈ ਕੰਪਰਮਾਈਜ਼ ਨਹੀਂ ਕਰਨਾ ਅਲੋਏ ਵੀਲਾਂ ਨਾਲ ਕਰ ਸਕਦੇ ਕਿਉਂਕਿ ਅਲੋਏ ਵੀਲ ਆਪਣੇ ਕੋਲ ਸੈਕਿੰਡ ਹੈਂਡ ਮਿਲ ਜਾਂਦੇ ਕਲਰ ਸੈਕਿੰਡ ਹੈਂਡ ਨਹੀਂ ਮਿਲਣਾ ਗਾਈਸ ਇਸ ਕਰਕੇ ਤੁਸੀਂ ਕਲਰ 'ਤੇ 2000 ਦਾ ਬਜਟ ਲਾ ਕੇ ਚੱਲੋ 2000 ਜਿਹੜੇ ਰੰਗ ਦਾ 2000 ਦਾ ਬਜਟ ਅਤੇ ਉਸ ਤੋਂ ਬਾਅਦ ਅਲੋਏ ਵੀਲਾਂ ਦਾ ਟੋਟਲ 4500 ਦਾ ਬਜਟ ਲਾ ਕੇ ਚੱਲੋ ਵਿਦ ਟਾਇਰ ਸੋ 2000 ਅਤੇ 4500 ਟੋਟਲ ਕਿੰਨਾ ਹੋ ਗਿਆ ਸੋ ਗਾਈਸ ਤੁਸੀਂ ਆਪ ਹੀ ਕੈਲਕੂਲੇਟ ਕਰ ਲਿਓ ਉਸ ਤੋਂ ਬਾਅਦ ਇਹਦੇ ਇੰਜਨ 'ਤੇ ਆ ਜਾਵਾਂਗੇ ਇੰਜਨ ਨਾਲ ਵੀ ਆਪਾਂ ਕੰਪਰਮਾਈਜ਼ ਕਰ ਸਕਦੇ ਹਾਂ ਕਿਉਂਕਿ ਆਪਾਂ ਨੂੰ ਫੁੱਲ ਦੇਖੋ ਇੰਜਨ ਖਿਲਵਾਉਣ ਦੀ ਲੋੜ ਨਹੀਂ ਆ ਜੇ ਤੁਸੀਂ ਫੁੱਲ ਖਿਲਾਓਗੇ ਬਹੁਤ ਜ਼ਿਆਦਾ ਖਰਚਾ ਹੋ ਜਾਣਾ ਤੁਹਾਡਾ ਤੁਸੀਂ ਸਿਰਫ ਇਹਨੂੰ ਆਹ ਹੈੱਡ ਨੂੰ ਖਿਲਵਾਉਣਾ ਅਤੇ ਇਹਨੂੰ ਆਹ ਜਿਹੜਾ ਸਾਈਡ ਵਾਲਾ ਟਾਪਾ ਵਾ ਉਹਨੂੰ ਖਿਲਾਉਣਾ ਸੋ ਦੋਨਾਂ ਪਾਸੇ ਟਾਪਾ ਖੋਲ੍ਹ ਕੇ ਸੋ ਇਹਦੇ ਕਰੋਮ ਦਾ 1500 ਰੁਪਈਆ ਲੱਗੂਗਾ ਤੁਹਾਡਾ ਟੋਟਲ ਸੇਮ ਕਰੋਮ ਕਰਾਉਣਾ 1500 ਰੁਪਏ ਦੇ ਵਿੱਚ ਲੱਗੂਗਾ ਸੋ ਮੈਂ ਤੁਹਾਨੂੰ ਦੱਸਦਾ ਟੋਟਲ ਅੰਡਰ 10,000 ਦੇ ਬਜਟ ਦੇ ਵਿੱਚ ਫੁੱਲ ਤਿਆਰ ਕਿੱਦਾਂ ਤੁਸੀਂ ਕਰਾਉਣਾ ਸੋ ਪੂਰੀ ਡਿਟੇਲ ਨਾਲ ਦੱਸੂੰਗਾ ਤੁਹਾਨੂੰ ਸੋ ਤੁਹਾਨੂੰ 4500 ਰੁਪਏ ਦੇ ਅਲੋਏ ਵੀਲ ਟਾਇਰ ਕਿਹਾ ਵਾ ਅਤੇ ਉਸ ਤੋਂ ਬਾਅਦ ਇਹਦਾ 2000 ਟੈਂਕੀ ਦਾ ਤਾਂ ਰੰਗ ਦਾ ਠੀਕ ਆ ਰੰਗ ਤੋਂ ਬਾਅਦ ਆ ਗਏ ਕਰੋਮ 'ਤੇ ਸੋ ਗਾਈਸ ਆ 3 ਚੀਜ਼ਾਂ ਨਾਲ ਦੇਖੋ ਯਾਮੇ ਦੀ ਲੁੱਕ ਜਿਹੜੀ ਹੈ ਨਾ ਉਹ 3 ਚੀਜ਼ਾਂ ਨਾਲ ਹੀ ਬਣਨੀ ਆ ਕਰੋਮ ਅਲੋਏ ਵੀਲ ਅਤੇ ਰੰਗ ਜਿਹੜਾ 3 ਚੀਜ਼ਾਂ ਹੋ ਗਈਆਂ ਸੋ ਆਹ ਟੋਟਲ ਐਸਟੀਮੇਟ ਤੁਹਾਨੂੰ ਦੱਸਿਆ 8-9 ਹਜ਼ਾਰ ਦੇ ਵਿੱਚ ਟੋਟਲ ਐਸਟੀਮੇਟ ਆ ਸੋ ਗਾਈਸ ਹੁਣ ਗੱਲ ਕਰਾਂਗੇ ਇਹਦੇ ਸੀਟ ਦੀ ਸੀਟ ਕਵਰ ਇਹਦਾ ਤੁਹਾਨੂੰ ਪਤਾ 100-150 ਰੁਪਏ ਦਾ ਸੀਟ ਕਵਰ ਮਿਲ ਜਾਂਦਾ ਸੋ ਇੰਡੀਕੇਟਰ ਵਗੈਰਾ ਦਾ 300-400 ਰੁਪਏ ਦਾ ਇੰਡੀਕੇਟਰ ਆ ਟੋਟਲ ਸੋ ਆਹ ਇੰਡੀਕੇਟਰ ਵਗੈਰਾ ਪਾ ਕੇ ਵੀ ਸਾਰਾ ਮਰਗਾਰਡ ਵਗੈਰਾ 150 ਰੁਪਏ ਦਾ ਟੋਟਲ ਅਸੈਸਰੀ ਇਹਦੀ ਜਿਹੜੀ ਨੋਰਮਲ ਅਸੈਸਰੀ ਆਪਾਂ ਕਹਿੰਦੇ ਹਾਂ ਜਿਹੜੀ ਦੇਖਣ ਨੂੰ ਵਧੀਆ ਲੱਗਦੀ ਆ ਸੋ ਟੋਟਲ ਤੁਹਾਨੂੰ 700-800 ਰੁਪਏ 'ਚ ਫੁੱਲ ਅਸੈਸਰੀ ਮਿਲ ਜੂਗੀ ਸੋ ਗਾਈਸ ਇੱਦਾਂ ਤੁਸੀਂ 10,000 ਦੇ ਅੰਡਰ ਬਜਟ ਦੇ ਵਿੱਚ ਫੁੱਲ ਤਿਆਰ ਕਰ ਸਕਦੇ ਯਾਮਾ ਇੱਦਾਂ ਦਾ ਫੁੱਲ ਤਿਆਰ ਕਰਨ ਵਾਸਤੇ ਤੁਹਾਨੂੰ ਮੇਰੀ ਪਿਛਲੀ ਵੀਡੀਓ ਦੇਖਣੀ ਪੈਣੀ ਕਿਉਂਕਿ ਉਹ 'ਚ ਮੈਂ ਪੂਰੀ ਡਿਟੇਲ ਨਾਲ ਦੱਸਿਆ ਕਿ ਕਿੱਦਾਂ ਕਿੱਦਾਂ ਤੁਸੀਂ ਕੀ ਮਤਲਬ ਜੇ ਸੇਮ ਤਿਆਰ ਕਰਨਾ ਜੇ ਤੁਸੀਂ ਜ਼ਿਆਦਾ ਬਜਟ ਚਾਹੁੰਦੇ ਕਿ ਮੇਰਾ ਬਜਟ ਹੈਗਾ ਵਾ
बजट की कोई टेंशन नहीं, तुम मेरी पिछली वीडियो देख सकते हो। सो अज की वीडियो सिर्फ मैं 10,000 के बजट च आ यामा लैके आया, 10,000 के बजट के कि तैयार कराना वाला यामा। सो अज की वीडियो तुम्हें क्लीयरली दसता अलॉय व्हील टैंकी क्रोम मेन चीज़ आ तीन चीज़ों का ध्यान रखना। सो काफ़ी वीरां दे सपने आ इदा दे तैयार करन च, क्योंकि जे तैयार होगा तो यामा घेंट लगेगा। सो जे तुसी तैयार करना कर सकते हो, जे वीडियो पसंद आई लाइक शेयर कमेंट जरूर करो, क्योंकि छोटिया छोटिया वीडियो तुहाडे सपने पूरे कर सकदियां वा मेरे हिसाब नाल मेरियां। सो मैं यही चाहना कि हर एक वीर का सपना पूरा होवे, जिदा दी लुक तुसी देख रहे इदा दी लुक जी यामा तैयार होवे। सो इहदे कलर की गल करांगे, कलर आपां सिल्वर प्लस ग्रे मिक्स करके शेड किया वाला कलर। सो तुसी पेंट वाले को आ कलर करा सकते सेम, कोई टेंशन वाली गल नहीं। सो आई होप सारे वीरां पता लग गया होना किदा तुसी तैयार करना। सो नेक्स्ट व्लॉग देखियो, नेक्स्ट व्लॉग च आपां एक घेंट वाला यामा लैके आना। सो इदां ही चैनल नूं सबसक्राइब जरूर करते रहो, मेरे बेल आइकन नूं प्रेस करते रहो, मिलते रहेंगे घेंट घेंट वीडियो च। लव यू सारिआं दा, इदां ही प्यार चाहिए। मिलांगे अगली वीडियो च, लव यू सारिआं नाल, बाय बाय, टेक केयर।